ਹਾਂਜੀ ਗਾਇਜ਼, ਗੁੱਡ ਮਾਰਨਿੰਗ ਗੁੱਡ ਮਾਰਨਿੰਗ। ਅੱਜ ਗੁੱਡ ਮਾਰਨਿੰਗ। ਹੋ ਗਈ ਸਵੇਰ, ਚੋਬਰ ਉੱਠ ਖੜੇ ਨੇ, ਟਾਈਮ ਵੱਜ ਗਿਆ 9। ਇੱਕ ਨਵੇਂ ਬਲੌਗ ਦੀ ਸਟਾਰਟਿੰਗ, ਇੱਕ ਨਵੇਂ ਬਲੌਗ ਦੀ ਜਾਂ ਕਿਸੇ ਨਵੇਂ ਕਿਸ ਚ ਕਲਿੱਪ ਐਡ ਹੋ ਜੂਗੀ ਇਹ। ਨਹੀਂ ਨਵਾਂ ਬਲੌਗ ਨਾ, ਨਵੀਂ ਸਟਾਰਟ ਕਰ ਰਿਹਾ। ਬਸ ਠੀਕ ਹੈ, ਡੇ 2 ਹੋ ਗਿਆ ਤੇ ਵਿਊ ਐਕਸਰਵਿਸਮੈਨ ਬੈਠੇ ਨੇ ਜੀ। ਆਹ ਦੇਖੋ ਜੀ, ਜਮਾ ਆਰਮੀ ਲੁੱਕ ਆ ਰਹੀ ਹੈ ਨਾ। ਦੱਸ ਦਿਓ ਕਮੈਂਟਾਂ 'ਚ, ਦੱਸ ਦਿਓ ਯਾਰ ਨਹੀਂ ਆ ਰਹੀ ਮੈਨੂੰ ਕਹਿ ਦਿਓ ਕੀ ਕਹਿ ਦਿਓ ਤੈਨੂੰ ਵੀ ਆ ਨਹੀਂ ਆਰਵੀ ਜੀ। ਆਹ ਦੇਖੋ ਵਿਊ, ਦੇਖੋ ਵਿਊ, ਪਰਾਂ ਦਿਖਾਣਾ ਪਹਾੜਾਂ ਦਾ ਸਾਰਾ ਦਿਖਾਉਂ ਬਾਈ। ਦੇਖੋ ਕਿਆ ਖੜੇ ਹੋ ਕੇ ਸਾਰੇ ਲੱਗਿਆ ਨੇ। ਮਾਸ਼ਾਅੱਲਾ, ਕਿਆ ਕਾਰੀਗਰੀ ਹੈ, ਕਿਆ ਬਾਤ ਆ, ਜੰਨਤ 'ਚ ਹੀ ਆ ਗਏ ਸਿੱਧਾ। ਆਹ ਗਦੀੜ ਵੀ ਰੱਖ ਲਈ ਨਾਲ ਇੱਕ ਆਪਾਂ। ਕਿੱਥੇ ਆ, ਕਿੱਧਰ? -4 ਹੋ ਗਿਆ। ਆਹ ਦੇਖੋ ਜੀ, 10 ਰੋਟੀਆਂ ਖਾ ਕੇ ਲੇਟਿਆ ਪਿਆ, ਕੋਈ ਫਾਇਦਾ ਨਹੀਂ ਇਹਨਾਂ ਦਾ, ਖਰਚੇ ਦਾ ਘਰ ਹੀ ਹੈ। ਠੰਡ 'ਚ ਹੱਡ ਹੀ ਨਿਕਲਦੇ ਇਹਨਾਂ ਦੇ। ਵਿਊ ਦੇਖੋ ਤੁਸੀਂ, ਵਿਊ ਯਾਰ, ਕਿਆ ਯਾਰ, ਵਾਈ ਵਾਰੀ ਹੈ ਪਿੱਛੇ ਤਾਂ ਦੇਖੋ ਕਿੰਨਾ। ਵੀਡੀਓ 'ਚ ਵੀ ਦੇਖ, ਹਜੇ ਵੀਡੀਓ ਤਾਂ ਘੱਟ ਰਹੀ ਨੇ ਮੇਰੀ ਅੱਖਾਂ ਨਾਲ ਤਾਂ ਨਾ। ਮੈਨੂੰ ਤਾਂ ਇਹ ਲੱਗਦਾ ਪਤਾ ਹੀ ਨਹੀਂ ਕਿੱਥੇ ਆ ਗਏ। ਤੇਰੀ ਅੱਖਾਂ ਹੀ ਲਾ ਦੇ ਬਸ ਕੈਮਰੇ ਤੇ ਫਿਰ। ਹੋਰ ਫਿਰ ਦੱਸੋ ਕੋਈ ਗੱਲਬਾਤ? ਕੋਈ ਗੱਲਬਾਤ ਨਹੀਂ, ਅੱਜ ਆਪਾਂ ਕਲੌਂਗ ਬੈਠੇ ਹਾਂ ਨਾ। ਹਾਂਜੀ, ਅੱਜ ਆਪਾਂ ਚੱਲਾਂਗੇ ਸ਼ਾਇਦ ਰੋਹਤਾਂਗ ਤਾਂ ਬੰਦ ਆ, ਉਧਰਲੀ ਸਾਈਡ ਥੋੜਾ ਬਹੁਤ ਤਾਂ ਐਕਸਪਲੋਰ ਕਰਦੇ ਆ ਤੇ ਫਿਰ ਮਨਾਲੀ ਰਵਾਂਗੇ ਜਾ ਕੇ। ਮਨਾਲੀ ਮਾਲ ਮੂਲ ਰੋਡ ਦੇਖ ਕੇ ਅਗਲਾ ਪਲਾਨ ਹਜੇ ਆਪਾਂ ਬਣਾਵਾਂਗੇ ਕਿੱਥੇ ਜਾਣਾ ਉਸ ਤੋਂ ਬਾਅਦ। ਠੀਕ ਹੈ ਜੀ, ਬਸ ਮੈਂ ਨਹਾ ਲਿਆ, ਤਿਆਰ ਹੋ ਗਿਆ, ਹੁਣ ਬ੍ਰੇਕਫਾਸਟ ਕਰਕੇ ਤੁਸੀਂ ਵੀ ਤਿਆਰ ਹੋ ਜਾਓ, ਚੱਲਦੇ ਆ ਫਿਰ ਆਪਾਂ। ਹਾਂਜੀ ਹਾਂਜੀ ਗਾਇਜ਼, ਚੱਕਦਾ ਬ੍ਰੇਕਫਾਸਟ ਦਾ ਕੋਲੜ। ਹੈਲੋ, ਇਹਦਾ ਤਰਬੂਜ ਜੀ ਦੇ ਪਏ ਨੇ। ਆਹ ਦੇਖੋ ਜੀ, ਕਿਆ ਬਾਤ ਹੈ ਜੀ, ਇੱਧਰ ਚਾਰ ਹੈਗਾ ਆਪਣੇ, ਇੱਧਰ ਆਪਣੇ ਰੋਬੀ ਭਈਆ ਸਰਵ ਕਰ ਰਹੇ ਨੇ, ਗੈਰੀ ਇੱਧਰ ਵਰਤਾ ਰਹੇ ਨੇ ਲੰਗਰ, ਤੇ ਇੱਧਰ ਅਸੀਂ ਖਾ ਰਹੇ ਹਾਂ ਤਰਬੂਜ। ਕਾਲਾ ਨੂਨ ਹੈ ਔਰ ਕਾਲੀ ਮਿਰਚ ਦੋਨੋਂ ਲਾ ਦੋ। ਕਿਆ ਬਾਤ ਹੈ ਜੀ, ਇਹ ਕਿਹੜਾ ਤਰਬੂਜ ਆ ਹਰਵੀਰ ਜੀ? ਇਹ ਆਰਗੈਨਿਕ ਆ ਸਾਰਾ ਭਈਆ। ਹਾਂਜੀ, ਤਰਬੂਜ ਕੀ ਕਿਆ ਰਿਪੋਰਟ ਹੈ? ਜਿੱਪ ਖਾ ਕੇ ਦੇਖਣੇ ਦੀ ਖਾਂਡੀ ਆ। ਅੱਛਾ, ਇਹ ਆਰਗੈਨਿਕ ਆ ਸਾਰਾ, ਇਹ ਆਪਾਂ ਇੱਧਰ ਇੱਧਰੋਂ ਲਿਆ, ਇੱਧਰ ਬੂਟੇ ਤੁਹਾਨੂੰ ਦਿਖਾਵਾਂਗੇ, ਇੱਧਰ ਲੱਗੇ ਹੋਏ ਨੇ ਬਹੁਤ ਤਰਬੂਜ, ਹੁਣ ਫਿਰ ਦਿਖਾ ਕੇ ਆਵਾਂਗੇ। ਦੰਦੀ ਵੱਢ ਫਿਰ ਤੂੰ ਮੈਨੂੰ ਹੋਰ ਰਿਵਿਊ ਦੇਈ। ਕੋਲੇ ਜੂਸ ਆਈ ਆ, ਉਹ ਰੋ ਦੰਦੀ ਵੱਢ ਮੇਰੇ ਬੀਜ ਵਾਲੇ ਨੇ ਜੀ, ਮਾੜੀ ਜੀ ਹਲਕੀ ਦੰਦੀ, ਦੇਖ ਮਿੱਠਾ ਦੇ ਹੈ ਨਹੀਂ ਆ ਇੱਧਰ। ਚਲੋ ਆਰ ਵੀ ਜੀ, ਆਪਾਂ ਵੀ ਖਾ ਲਈਏ ਹੁਣ। ਚਲੋ ਆਪਣੇ ਵੀ ਲਿਆ, ਇਹ ਆ ਜੀ ਰੂਨੀ, ਰੂਨੀ ਅੱਖ ਦੂਜੀ ਆ, ਅੱਖ ਬਾਜ ਵਾਲੀ ਆ। ਖਰਚਾ ਪੈਂਦਾ ਇਹਦਾ, ਦੇਖੀ ਆਪਣੇ ਕਿੰਨੇ ਪਕੌੜੇ ਡੇਢ ਦੇ ਦਿੰਦਾ। ਪਕੌੜੇ ਕਿਹਾ ਮੈਂ, ਪਰੌਂਠੇ ਕਿਹਾ। ਕਿਆ ਬਾਤ ਹੈ ਜੀ, ਮੈਂ ਗਰਨੂਰ ਆ। ਹਾਂਜੀ, ਉਧਰਲੇ ਤੇ ਹੋ ਜਾਣਾ ਉੱਥੇ ਹੋ ਜਾ। ਹਾਂਜੀ ਗਾਈ, ਚੱਲ ਪਏ ਆਪਾਂ ਕਲੌਂਗ ਤੋਂ। ਕਿੱਥੇ ਚੱਲਾਂਗੇ ਹੁਣ ਆਪਾਂ? ਚੱਲੇ ਹਾਂ ਜੀ ਪਹਿਲਾਂ ਸਿਸੂ, ਉੱਥੋਂ ਫਿਰ ਮਨਾਲੀ, ਮੁੰਡਾ ਕਹਿੰਦੇ ਰੋਹਤਾਂਗ ਜਾ ਕੇ ਆਉਣਾ,
ਤਾਂ ਕਰਕੇ ਉੱਧਰ ਦੀ ਖਿੱਚਦਾ ਗੱਡੀਆਂ ਤੇ ਆ ਬਾਈ ਵਰਗੇ ਨਾਮ ਲਾ ਦੋ ਯਾਰ ਇੱਥੇ ਇੱਕ ਲੌਂਗ ਆਏ ਸੀ ਬਾਈ ਉਹਨਾਂ ਕੋਲੇ ਕਿਆ ਨਾਮ ਹੈ ਬਾਈ ਆਪਕਾ ਕਰਨ 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 ਬਾਈ ਨੂੰ ਮਿਲ ਕੇ ਬਾਈ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਇਹਨਾਂ ਦਾ ਆ ਗਿਆ ਜੂਮਸਾ ਰੀਟਰੀਟ ਚੋਜ ਕਰਦੇ ਜੀ ਹਾਂਜੀ ਗਾਇਸ ਚੱਲ ਪਏ ਸੀਗੇ ਆਪਣੇ ਹੋਟਲ ਚੋਂ ਬਾਹਰ ਨਿਕਲ ਕੇ ਰੋਹਤਾਂਗ ਵੱਲ ਨੂੰ ਬਾਈ ਅੱਗੇ ਅੱਗੇ ਜਾ ਰਹੇ ਨੇ ਅਤੇ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਪਿੱਛੇ ਪਿੱਛੇ ਆਕਾਸ਼ ਜੀ ਆਪਣੇ ਬਣੇ ਹੋਏ ਨੇ ਡਰਾਈਵਰ ਪਿੱਛੇ ਵਲੌਗ ਦੀ ਐਡੀਟਿੰਗ ਚੱਲ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਤਿਆਰੀ ਚੱਲ ਰਹੀ ਹੈ ਇੱਧਰ ਮੈਕ ਬੁੱਕ ਘਰੇ ਭੁੱਲਿਆ ਹੁਣ ਫੋਨ ਤੇ ਕਰ ਰਿਹਾ ਚਲੋ ਕੋਈ ਨਹੀਂ ਕਾਰ ਦੇਖੋਗੇ ਕਿੰਨੀ ਸੋਹਣੀ ਲੱਗ ਰਹੀ ਜਾਂਦੀ ਹੈ ਥੋੜ੍ਹੀ ਬਸ ਜੈੱਡ ਬਲੈਕ ਨਹੀਂ ਹੈਗੀ ਬਾਈ ਉਹਨਾਂ ਦੀ ਤਾਂ ਥੋੜ੍ਹੀ ਵਾਪਸ ਆਵਾਂਗੇ ਫਿਰ ਤੁਹਾਨੂੰ ਦਿਖਾਉਣੇ ਆ ਜੋਗਿਨੀ ਵਾਟਰਫਾਲ ਤੇ ਅੱਜ ਆਪਾਂ ਰਵਾਂਗੇ ਬਾਈ ਮਨਾਲੀ ਜਾ ਕੇ ਅੱਜ ਲਵਾਂਗੇ ਸਿਰਾਜਾ ਏਅਰਬੀਐਨਬੀ ਕੋਈ ਏਅਰਬੀਐਨਬੀ ਪ੍ਰੀਮੀਅਮ ਹਾਂਜੀ ਕਰਾ ਦੇਣੀ ਆ ਅੱਜ ਪੈਸੇ ਲਾ ਦੇਣੇ ਨੇ ਕਹਿੰਦੇ ਯੈਸ ਕਰਾ ਦੇਣੀ ਜੀ ਠੇਕਾ ਆਉਣ ਵਾਲਾ ਕਹਿੰਦੇ 4-5 ਦਿਨਾਂ ਚ ਬਹੁਤ ਵਧੀਆ ਚੀਜ਼ ਮਿਲ ਗਈ ਸਾਨੂੰ ਇੱਥੇ ਜੇ ਆਉਣੇ ਹੁੰਦੇ ਹੋ ਬਾਈ ਜ਼ਰੂਰ ਇੱਥੇ ਆ ਕੇ ਜਾਇਓ ਬਰਫ਼ ਖੁਰੀ ਜਾਂਦੀ ਹੈ ਦੇਖੋ ਉੱਧਰ ਜਿਵੇਂ ਪਾਣੀ ਬਣ ਬਣ ਨੀਚੇ ਆਈ ਜਾਂਦਾ ਹੈਗਾ ਬਰਫ਼ ਦਾ ਮੌਸਮ ਬਹੁਤ ਸਿਰਾ ਮੌਸਮ ਹੋਇਆ ਪੂਰਾ ਅੱਤ ਕਰਾਈ ਡੇਅਰ ਚੱਲ ਰਹੀ ਹੈ ਬਾਹਰ ਤੇ ਬਹੁਤ ਵਧੀਆ ਜੀ ਲੱਗਿਆ ਸਾਡਾ ਰਾਤ ਠੰਡ ਤਾਂ ਸੀਗੀ ਜ਼ਰੂਰ ਪਰ ਓਕੇ ਸੀਗਾ ਕੰਮ ਜਮਾਂ ਮਾਹੌਲ ਰਾਤ ਭਾਜੀ ਥੋੜ੍ਹਾ ਲੋਅ ਹੋ ਗਏ ਸੀਗੇ ਜੀ ਬੁਖਾਰ ਜੇ ਵਾਂਗੂ ਫੀਲ ਹੋਣ ਲੱਗ ਗਏ ਨਾ ਥੋੜ੍ਹਾ ਗਰਮੀ ਚੋਂ ਸਿੱਧਾ ਠੰਡ ਚ ਆਉਣ ਕਰਕੇ ਤਾਂ ਕਰਕੇ ਹੁਣ ਦੁਬਾਰੇ ਓਕੇ ਹੋ ਗਏ ਦੁਬਾਰੇ ਚਾਲੇ ਪਾ ਤੇ ਨੇ ਤੇ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਹੁਣ ਸਾਰਾ ਤਾਂ ਇੰਨਾ ਨਹੀਂ ਦਿਖਾ ਸਕਦੇ ਬਲੌਗ ਬਾਹਲਾ ਵੱਡਾ ਬਣ ਜਾਂਦਾ ਬਾਈ ਤੇ ਵਿਊ ਬਸ ਪੂਰਾ ਐਨ ਓਕੇ ਹੋਇਆ ਪਿਆ ਤੇ ਭਾਜੀ ਤੁਸੀਂ ਅੱਜ ਲੁੱਕ ਵੀ ਚੈੱਕ ਕਰ ਥੋੜੀ ਜੀ ਪਹਾੜੀ ਲੁੱਕ ਚਨੇ ਭਾਜੀ ਨਾ ਧੁੱਪ ਪੈਂਦੀ ਹੈ ਨਾ ਮੂੰਹਾਂ ਕਾਲਾ ਹੋ ਜਾਂਦਾ ਹੈ ਭਾਜੀ ਕਹਿੰਦੇ ਅੱਜ ਲੁੱਕ ਚੇਂਜ ਕਰਕੇ ਦਿਖਾ ਦਈਏ ਵੀਵਰਸ ਨੂੰ ਚੈੱਕ ਦੇ ਦਿੱਤੀ ਆ ਹਾਂਜੀ ਬਾਈ ਰੁਕ ਗਏ ਸੀਗੇ ਵਿਊ ਵਧੀਆ ਲੱਗਿਆ ਸਾਰੇ ਕਹਿੰਦੇ ਕਿ ਖੜ ਜੀ ਇੱਥੇ 2 ਮਿੰਟ ਵਿਊ ਇੰਜੋਏ ਕਰ ਲਈਏ ਕੁਰਸੀਆਂ ਕੱਢ ਲੈਂਦੇ ਹਾਂ ਇਹਨੇ ਹੁਣ ਗੈਰੀ ਜੀ ਆਕਾਸ਼ ਕੁਛ ਨਹੀਂ ਹੁੰਦਾ ਬਹੁਤ ਟਾਈਮ ਪਿਆ ਹਾਂਜੀ ਲੋਕੇਸ਼ਨ ਵਧੀਆ ਲੱਗੀ ਤੇ ਆ ਬੋਰਡ ਮਿਲ ਗਿਆ ਬੋਰਡ ਦਿਖਾਉਣਾ ਝਰਨਾ ਚੱਲ ਰਿਹਾ ਹੈਗਾ ਕਿਆ ਬਾਤ ਹੈ ਫੋਟੋ ਕਰਾਉਣ ਵਾਲੀ ਆ
ਬਈ ਕਹਿੰਦੇ ਇੱਥੇ ਵੀ ਵਿਊ ਬੜਾ ਤਕੜਾ ਸੀਗਾ, ਕਹਿੰਦੇ ਫਿਰ ਖੜ ਗਏ ਨੇ ਚੋਬਰ ਦੇਖੋ ਜੀ, ਉੱਪਰ ਬੈਰੀਕੇਡ ਰੱਖੇ ਹਰਵੀਰ ਜੀ ਨੇ। ਹਾਂਜੀ 10 ਮਿੰਟ ਬਾਅਦ ਫੇਰ ਰੁਕ ਗਏ ਜੀ। ਵਿਊ ਦੇਖੋ ਬਈ ਤੁਸੀਂ ਕਿੰਨਾ ਸੋਹਣਾ ਵਿਊ ਆ, ਆਪਣੀਆਂ ਆਪਣੀਆਂ ਛੋਟੀਆਂ ਦੋਨੇ। ਬਈ ਵਿਊ ਹੀ ਥੋੜੇ ਟਾਈਮ ਬਾਅਦ ਏਡਾ ਤਕੜਾ ਆ ਜਾਂਦਾ ਕਿ ਸਾਨੂੰ ਫੇਰ ਖੜਨ ਲਈ ਮਜਬੂਰ ਹੋਣਾ ਪੈਂਦਾ। ਬੰਦੇ ਪੂਰੇ ਚਿੱਲ ਚ ਨੇ, ਦੁਬਾਰੇ ਫੇਰ ਖੜ ਗਏ। ਕਿਆ ਬਾਤ ਹੈ, ਚਾਰ ਪੰਜ ਪਹਾੜੀਆਂ ਦਿਖ ਰਹੀਆਂ ਬਈ। ਬਹੁਤ ਠੰਡੀ ਹਵਾ ਚੱਲ ਰਹੀ ਹੈ ਤੇ ਬਹੁਤ ਵਧੀਆ ਮੌਸਮ ਆ ਗਿਆ ਬਈ। ਥੰਬਸ ਅਪ ਕਰ ਦਿਓ ਸਾਰੇ, ਥੰਬਸ ਅਪ ਬਈ, ਥੰਬਸ ਅਪ ਕਰ ਦਿਓ ਸਾਰੇ। ਸਨੋ ਫਾਈਟ ਚੱਲ ਪਈ ਜੀ ਇੱਥੇ। ਦੇਖੋ ਜੀ ਕੋਲਡ ਡਰਿੰਕ ਠੰਡੇ ਕਰਨ ਵਾਸਤੇ ਬਰਫ ਇਕੱਠੀ ਕਰੀ ਜਾਂਦੇ ਹੈਗੇ ਆਈਸ ਬਾਕਸ ਇੱਥੇ। ਸੋਸ਼ਲ ਵਰਕ ਕਰੀ ਜਾਂਦੇ ਨੇ ਸਾਰੇ ਜਣੇ, ਆਕਾਸ਼ ਕਰ ਰਹੇ ਪੂਰੇ ਐਫਰਟਸ, ਪੱਟ ਰਿਹਾ ਹੈਗਾ ਬਰਫ ਇੱਧਰੋਂ। ਹਰਿਆਣੇ ਨੇ ਸਨੋ ਫਾਈਟ ਚਲਾ ਦਿੱਤੀ ਸੀਗੀ ਸਨੋ ਦੇ ਬਾਅਦ। ਦੇਖੋ ਜੀ ਰਵੀਰ ਜੀ ਕਾਫੀ ਜ਼ੋਰ ਕੇ ਲੱਗੀ ਤੇ ਕੱਟੀ ਜਾ ਰਹੇ ਆਕਾਸ਼ ਜੀ। ਹਾਂਜੀ ਬਈ ਹੁਣ ਚੱਲ ਪਏ ਸੀਗੇ, ਪਹਿਲਾਂ ਖੜੇ ਸੀ ਤੇ ਉੱਥੇ ਵਧੀਆ ਵਿਊ ਪਿਆ ਦੇਖਿਆ, ਤੇ ਹੁਣ ਦੇਖੋ ਸੀ ਵਿਊ ਤੇ ਬਾਈ ਅੱਗੇ ਅੱਗੇ ਜਾ ਰਹੇ ਨੇ। ਮੀਂਹ ਦੀ ਹੋ ਗਈ ਸ਼ੁਰੂਆਤ ਪੂਰੀ, ਮੀਂਹ ਹੁਣ ਲੱਗ ਗਿਆ ਪੈਣ ਤੇ ਆਕਾਸ਼ ਜੀ ਹਜੇ ਆਪਣੇ ਡਰਾਈਵਰ ਬਣੇ ਹੋਏ ਨੇ ਹਜੇ ਤੱਕ। ਹੁਣ ਅਸੀਂ ਚੱਲੇ ਹਾਂ ਮਨਾਲੀ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਗਾਇਸ ਮਨਾਲੀ ਜਾ ਕੇ। ਮਨਾਲੀ ਇੱਕ ਵਾਰੀ ਪ੍ਰੋਪਰਟੀ ਦੇਖ ਕੇ ਜਿੱਥੇ ਰਹਿਣਾ ਸੀ, ਉਸ ਤੋਂ ਬਾਅਦ ਫਿਰ ਅਸੀਂ ਪ੍ਰੋਪਰਟੀ ਦਾ ਫਾਈਨਲ ਕਰਕੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਅੱਗੇ ਘੁੰਮਣ ਫਿਰਨ ਕਿਤੇ। ਅਤੇ ਬਾਈ ਅਰ ਗਿਆ ਸੀਗੇ ਗੈਰੀ ਦੀ ਉੱਧਰਲੀ ਕਾਰ 'ਚ, ਮੈਂ ਹਰਵੀਰ ਅਤੇ ਆਕਾਸ਼ ਹੈ ਥੋੜ੍ਹਾ ਦੇਖਣਾ ਰੋਡ ਤੋਂ। ਅੱਛਾ ਨੀਚੇ ਦੇਖਿਆ ਚੱਲਦੇ ਸੀ ਕੁਛ, ਦੇਖੋ ਵਿੱਚ ਕਿੱਦਾਂ ਸਨੋ ਵਧੀਆ ਠੀਕ ਹੈ, ਪਾਣੀ ਬਣਿਆ ਹੋਇਆ ਸਨੋ ਤੋਂ ਇੱਥੇ ਨੀਚੇ। ਹਾਂ ਦੇਖੋ ਬਈ ਸਨੋ ਤੋਂ ਪਾਣੀ ਬਣਿਆ ਹੋਇਆ, ਮਿਲਦੇ ਤੁਹਾਨੂੰ ਅੱਗੇ ਜਾ ਕੇ, ਜੋੜੇ ਰਹੋ ਸਾਡੇ ਨਾਲ। ਤੇ ਲਓ ਬਈ ਅਟਲ ਟਨਲ ਕਰ ਗਏ ਆਪਾਂ ਐਂਟਰ, ਤੇ ਦਿਖਾਉਂਦੇ ਹਾਂ ਤੁਹਾਨੂੰ ਅਟਲ ਟਨਲ ਪਾਰ ਕਰਕੇ ਮਨਾਲੀ ਚੱਲਦੇ ਇੱਕ ਵਾਰ, ਤੇ ਕੁਛ ਰਹਿਣ ਦਾ ਹੱਲ ਕਰ ਲਈਏ ਫਿਰ ਆਪਾਂ ਨਿਕਲਾਂਗੇ ਕਿਤੇ ਘੁੰਮਣ ਥੋੜ੍ਹਾ ਬਹੁਤਾ ਵੇਖਦੇ ਹਾਂ। ਮਨਾਲੀ ਆਪਾਂ ਬਸ ਪਹੁੰਚ ਜਾਈਏ ਲਗਭਗ ਅੱਧੇ ਘੰਟੇ 'ਚ। ਬਾਈ ਅਰਗੇ ਪਿੱਛੇ ਆ ਰਹੇ ਨੇ ਆਪਣੇ, ਬਾਈ ਅਰਗੇ ਪਿੱਛੇ ਆ ਰਹੇ ਨੇ, ਦਿਖ ਰਹੇ ਹੋਣਗੇ ਸ਼ਾਇਦ। ਤੇ ਇੱਥੇ ਓਵਰਟੇਕਿੰਗ ਅਲਾਊਡ ਨਹੀਂ ਹੈਗੀ ਅਟਲ ਟਨਲ ਦੇ ਵਿੱਚ, 40 ਦੀ ਸਪੀਡ ਲਿਮਿਟ ਆ, ਵੈਸੇ ਆਪਾਂ ਤਾਂ 45 ਕਿਤੇ ਹਾਂ, ਚਲੋ ਇੰਨਾ ਕੁ ਤਾਂ ਚੱਲੀ ਜਾਂਦਾ ਰਹਿੰਦਾ। ਅਤੇ 20 ਕਿਲੋਮੀਟਰ ਲੰਮੀ ਟਨਲ ਆ, ਹੋਰਨ ਵੀ ਗੂੰਜਦਾ ਦੇਖੋ ਪੂਰਾ। ਕਿਆ ਬਾਤ, ਕਿੱਦਣ ਕਹੋ ਦੇਖੋ ਗਾਇਸ ਦਾ ਸਾਰਾ ਕੇਸਰ ਕੇਸਰ ਕੁਸਰ ਲੈ ਰਿਹਾ ਸਾਰੇ ਦਿਖਾ ਰਹੇ ਨੇ, ਦੇਖੋ ਯੂਟਿਊਬਰ ਵੀ ਨੇ ਬਾਈ। ਹਾਂਜੀ ਅਸੀਂ ਵੀ ਯੂਟਿਊਬ ਚੈਨਲ ਚਲਾਉਣਾ ਬਾਈ। ਹਾਂ ਹਾਂ ਹਾਂ
ਅਕਾਸ਼ ਲੈ ਸਕਦਾ ਤੂੰ ਕੇਸਰ ਦਾ ਸਮੈਲ ਵਧੀਆ ਸੀ ਇਹਦੀ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੋ ਬਾਈ ਹਾਂਜੀ ਹਾਂਜੀ ਪੂਰੀ ਸਪੋਰਟ ਕਰੋ ਵਿਊ ਦੇਖੋ ਬਾਈ ਉਹਦਾ ਬਹਿ ਗਏ ਮੈਂ ਵੀ ਬੈਠਦਾ ਕਾਰ 'ਚ ਥੱਕ ਗਿਆ ਅਤੇ ਇੱਥੇ ਐਡੀਟਿੰਗ 'ਚ ਲੱਗਿਆ ਹੋਇਆ ਮੇਰਾ ਫੋਨ ਦੇਖੋ ਐਡਿਟ ਹੋ ਗਈ ਵੀਡੀਓ ਜ਼ੂਮ ਅਤੇ ਡਨ ਕਰਦਾ ਅਤੇ ਹੁਣ ਆਕਾਸ਼ ਤਾਂ ਲੱਗਦਾ ਮੂਡ ਹੈ ਕੇਸਰ ਲੈਣ ਦਾ ਪਰ ਦੇਖਦੇ ਹਾਂ ਕੀ ਲਊਗਾ ਕਿ ਨਾ ਨੰਬਰ ਲਈ ਜਾਂਦੇ ਲੱਗਦਾ ਚਲੋ ਠੀਕ ਹੈ ਮਿਲਦੇ ਹਾਂ ਹਾਂਜੀ ਬਈ ਮਨਾਲੀ ਪਹੁੰਚ ਗਏ ਸੀਗੇ ਪੂਰੀ ਧੁੱਪ ਹੈ ਗਰਮੀ ਹੈ ਜੈਕਟ ਜੁਕਟ ਵਾਲਾ ਹੈ ਨਹੀਂ ਗਾ ਮੌਸਮ ਨਿਕਲ ਰਹੇ ਨੇ ਬਈ ਹਾਂ ਦੇਖੋ ਜੀ ਕਿੰਨਾ ਫਰੈਂਡਲੀ ਹੈ ਡੌਗ ਅਤੇ ਹਰਵੀਰ ਅੰਦਰ ਤੁਹਾਨੂੰ ਦਿਖ ਨਹੀਂ ਗਿਆ ਹੋਣਾ ਉਹ ਬੈਠਾ ਜੀ ਵਲੌਗ ਐਡੀਟਿੰਗ ਹੋ ਰਹੀ ਹੈ ਗੈਰੀ ਜੀ ਉੱਤਰ ਗਏ ਨੇ ਅਤੇ ਹੁਣ ਇੱਥੇ ਦੇਖਦੇ ਹਾਂ ਏਅਰ ਬੀ ਐਨ ਬੀ ਰਹਿਣ ਵਾਸਤੇ ਚੱਲੇ ਹਾਂ ਜੀ ਏਅਰ ਬੀ ਐਨ ਬੀ ਦੇਖਣ ਰਾਤ ਨੂੰ ਕਿੱਥੇ ਸਟੇਅ ਕਰਨੀ ਆ ਚਲੋ ਜੀ ਦਿਖਾਉਣੇ ਤੁਹਾਨੂੰ ਕਿੱਥੇ ਸਟੇਅ ਕਰਾਂਗੇ ਹਾਂਜੀ ਗਾ ਜੀ 4 ਵੱਜ ਗਏ ਆ ਮੁੰਡੇ ਗਏ ਲੰਚ ਕਰਨ ਗਾ ਅਤੇ ਆਪਾਂ ਲੰਚ ਕਰਨੇ ਆ ਆ ਗਏ ਕੈਫੇ 1947 ਪੂਰਾ ਅੱਛਾ ਵਿਊ ਹੈ ਕਿਆ ਬਾਤ ਹੈ ਗੱਲਬਾਤ ਹੈ ਮਜ਼ਾ ਆ ਰਿਹਾ ਪੂਰਾ ਪਾਣੀ ਦੀ ਆਵਾਜ਼ ਦੇ ਨਾਲ ਖਾਣਾ ਹਾਂਜੀ ਗੁੱਡੇ ਮਾਹੌਲ ਵਿਊ ਪੂਰਾ ਓਕੇ ਹੈ ਪਾਣੀ ਦਾ ਫਲੋ ਪੂਰਾ ਤੇਜ਼ ਹੈ ਬਾਈ ਪੂਰਾ ਫਲ ਤੇਜ਼ ਸਨੋ ਪਿਘਲਣੀ ਸ਼ੁਰੂ ਹੋਈ ਪਈ ਹੈ ਨਾ ਲਓ ਵੀ ਏਅਰ ਬੀ ਐਨ ਬੀ ਲੱਭੀ ਜਾਂਦੇ ਹਾਂ ਅਸੀਂ ਹੁਣ ਕਾਫੀ ਆ ਗਈ ਰੈਡੀ ਨੇ ਮੁੰਡੇ ਹੁਣ ਥੱਕ ਗਏ ਸੀਗੇ ਜਮਾਂ ਆਪਾਂ ਹੌਟ ਪੀਵਾਂਗੇ ਬਾਈ ਹੋਰੀ ਕੋਲਡ ਪੀ ਰਹੇ ਆ ਹਾਂਜੀ ਭਾਅ ਜੀ ਠੀਕ ਹੋ ਜੀ ਸਮਾਨ ਆ ਗਿਆ ਗਾਈਸ ਪਾਸਤੇ ਵੀ ਆ ਗਏ ਸੈਂਡਵਿਚ ਵੀ ਦੂਜੇ ਨੇ ਨਾ ਕੱਲੜ ਚੱਕੋ ਵੀ ਖਾਈਏ ਪੀਏ ਰੈਸ਼ ਕਰੇ ਕਿਆ ਹੋ ਹਰਵੀਰ ਗੈਰੀ ਦਾ ਸ਼ੂਗਰ ਵੱਧ ਗਿਆ ਕਾਫੀ ਪੀ ਕੇ ਪ੍ਰੈਸ਼ਰ ਵੱਧ ਗਿਆ ਗੈਰੀ ਪ੍ਰੈਸ਼ਰ ਵੱਧ ਗਿਆ ਤੇਰਾ ਪ੍ਰੈਸ਼ਰ ਵੱਧ ਗਿਆ ਬਈ ਇਹਦਾ ਬਲੱਡ ਖਾ ਪੀ ਲਿਆ ਤੇ ਲੰਚ ਤੋਂ ਬਾਅਦ ਲੰਚ ਆਪਾਂ ਕੀਤਾ ਬਾਈ ਮਨਾਲੀ
ਇੱਥੇ ਆਪਾਂ ਨੂੰ ਇੱਕ ਏਅਰਬੀਐਨਬੀ ਦੇਖਿਆ ਹੈਗਾ ਆਪਾਂ, ਅਤੇ ਉਹ ਵੇਖ ਕੇ ਆਉਂਦੇ ਹਾਂਗੇ, ਬਸ ਪਹੁੰਚਣ ਵਾਲੇ ਹਾਂ। ਜੇ ਆਪਾਂ ਨੂੰ ਪਸੰਦ ਆਉਂਦਾ ਤਾਂ ਉੱਥੇ ਰਹਾਂਗੇ, ਜੇ ਨਹੀਂ ਪਸੰਦ ਆਇਆ ਤਾਂ ਕੁਛ ਹੋਰ ਵੇਖਾਂਗੇ। ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਦਾ ਸਾਨੂੰ ਏਅਰਬੀਐਨਬੀ ਲੱਗਿਆ, ਫਿਰ ਤੁਸੀਂ ਵੀ ਦਿਓ ਰਿਵਿਊ ਆਪਦੇ, ਤੁਹਾਨੂੰ ਵੀ ਦਿਖਾਵਾਂਗੇ ਵੀ ਕਿਵੇਂ ਦਾ ਲੱਗਿਆ। ਅਤੇ ਫਿਰ ਆਪਾਂ ਸ਼ਾਮ ਨੂੰ ਵੇਖਦੇ ਹਾਂ ਵੀ ਕੀ ਪਲੈਨਿੰਗ ਹੈ, ਸ਼ਹਿਰ ਘੁੰਮਦੇ ਹਾਂ ਕਿ ਰੈਸਟ ਕਰਦੇ ਹਾਂ, ਥੋੜ੍ਹਾ ਥੱਕ ਵੀ ਗਏ। ਅੱਜ ਤਾਂ ਅੱਜ ਅਸੀਂ ਡਰਾਈਵ ਤਾਂ ਲਗਭਗ 70 ਕਿਲੋਮੀਟਰ ਕੀਤਾ ਅੱਜ ਅਸੀਂ, ਬਟ ਵੀ ਐਂ ਹਾਂ ਵੀ 10-15 ਮਿੰਟਾਂ ਵਾ ਰੁਕ ਜਾਂਦੇ ਸੀ ਲੋਕੇਸ਼ਨ ਦੇਖ ਕੇ। ਲੋਕੇਸ਼ਨਾਂ ਬਾਹਲੀਆਂ ਜ਼ਿਆਦਾ ਵਧੀਆ ਆਈਆਂ ਅੱਜ ਸਾਨੂੰ ਵੇਖਣ ਨੂੰ, 10-15 ਮਿੰਟਾਂ ਵਾ ਰੁਕੀ ਗਏ ਅੱਜ ਅਸੀਂ। ਅਤੇ ਅੱਗੇ ਤੁਹਾਨੂੰ ਚਲੋ ਦਿਖਾਉਂਦੇ ਹਾਂ ਵੀ ਕੀ ਕਰਦੇ ਹਾਂ ਸ਼ਾਮ ਨੂੰ ਅਤੇ ਕੱਲ੍ਹ ਨੂੰ ਕਿੱਥੇ ਚੱਲਦੇ ਹਾਂ। ਪਿਛਲੇ ਵਲੋਗ ਤੁਸੀਂ ਦੱਸਿਓ ਵੀ ਇੰਜੋਏ ਕਰ ਰਹੇ ਹੋ ਕਿ ਕਿਵੇਂ ਚੱਲ ਰਿਹਾ, ਤੁਹਾਨੂੰ ਕਿਵੇਂ ਵਿਊ ਲੱਗ ਰਹੇ ਨੇ, ਸਾਰਾ ਸਾਨੂੰ ਦੱਸਿਓ ਬਈ ਕਮੈਂਟਾਂ ਦੇ ਵਿੱਚ, ਅਤੇ ਵਲੋਗ ਨੂੰ ਸ਼ੇਅਰ ਜ਼ਰੂਰ ਕਰ ਦਿਓ। ਗੁਰਨੂਰ ਭਾਅ ਜੀ ਬੈਠੇ ਨੇ, ਹੈਲੋ ਗਾਈਸ, ਕਿਵੇਂ ਫੋਨ 'ਚ ਰੁੱਝ ਰਹੇ ਹੋਏ? ਦੇਖ ਰਿਹਾ ਸੀਗਾ ਫੋਨ 'ਚ। ਓਕੇ, ਚਲੋ ਗੈਰੀ ਜੀ, ਠੀਕ ਹੈ ਜੀ, ਨੀਂਦ ਤਾਂ ਨਹੀਂ ਆ ਰਹੀ? ਨੀਂਦ ਹਜੇ ਤਾਂ ਨਹੀਂ ਆ ਰਹੀ। ਚਾਰਜਾਂ ਪੂਰੇ ਬੂਸਟ? ਕਾਫੀ ਪੀਤੀ ਹੋਈ ਹੈ ਜੀ, ਕਿਹੜੇ ਹੋਏ ਪਈ ਹੁਣ ਤਾਂ। ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ। ਦੂਸਰੇ ਬੰਦੇ ਆਪਣੇ ਹੋ ਜਾ ਰਹੇ ਆ, ਉਹਨਾਂ ਨੂੰ ਵੀ ਵੇਖ ਲਓ, ਵਿਊ ਉਰੇ ਵੀ ਅੱਛਾ ਹੈ ਪਾਵਰ ਪੂਰਾ। ਦੋਵੇਂ ਗੱਡੀਆਂ ਦੀਆਂ ਫੋਟੋਆਂ ਬਾਹਲੀਆਂ ਜ਼ਬਰਦਸਤ ਆਈਆਂ ਅੱਜ ਰਸਤੇ 'ਚ, ਤੁਹਾਨੂੰ ਪਾਵਾਂਗੇ, ਥੰਬਨੇਲ ਵਗੈਰਾ ਲਾਵਾਂਗੇ, ਰੀਲ ਵੀ ਪਾਵਾਂਗੇ ਇੰਸਟਾ 'ਤੇ, ਚੈੱਕ ਕਰਿਓ, ਸਾਰਾ ਕੁਛ ਹੋਊਗਾ, ਬਸ ਤੁਸੀਂ ਚੈੱਕ ਕਰੀ ਚੱਲੋ, ਸਪੋਰਟ ਕਰੀ ਚੱਲੋ, ਖਿੱਚੀ ਚੱਲੋ ਕੰਮ, ਤੁਹਾਨੂੰ ਬਸ ਅੱਗੇ ਦੀ ਅੱਗੇ ਦੇਖੀ ਚੱਲੋ ਕੀ ਕੁਛ ਹੋਈ ਜਾਂਦਾ। ਅੱਗੇ ਬਹੁਤ ਸਾਰੇ ਹੋਰ ਟੂਰ ਪਲੈਨ ਕਰੇ ਪਏ ਨੇ, ਬਸ ਜਾਣਾ ਹੀ ਹੈ। ਕਿਉਂ ਜੀ? ਹਾਂਜੀ ਹਾਂਜੀ ਹਾਂਜੀ, ਚਲੋ ਜੀ। ਹਾਂਜੀ ਬਈ, ਏਅਰਬੀਐਨਬੀ ਮਿਲ ਗਿਆ, ਉੱਤਰ ਗਏ ਆ ਸਾਰੇ ਜਣੇ ਬਾਗੀ ਅੰਦਰ, ਇਹ ਦਿਖਾਉਣੇ ਆ, ਬਹੁਤ ਸੋਹਣਾ ਬਣਿਆ ਹੋਇਆ। ਦੇਖੋ ਬਈ, ਹੁਣ ਛੋਟਾ ਜਿਹਾ ਪਾਰਕ ਬਣਿਆ ਹੋਇਆ, ਅਤੇ ਫਸਟ ਫਲੋਰ 'ਤੇ ਆਪਣਾ ਇੱਥੇ ਰਹਿਣਾ ਆਪਾਂ। ਬੈਠਿਆ ਵੀ ਸਾਰੇ ਜਣੇ ਸੋਫਿਆਂ, ਇਹ ਆ ਵੀ ਰੂਮ, 4 ਬੈਡਰੂਮ ਨੇ ਇੱਥੇ, ਬਹੁਤ ਸੋਹਣੇ ਬਣੇ ਹੋਏ ਆ। ਦੇਖੋ ਜੀ ਵਿਊ, ਹਜੇ ਫਸਟ ਫਲੋਰ ਤੋਂ ਬਹੁਤ ਸੋਹਣਾ ਵਿਊ ਆਉਂਦਾ ਹਜੇ ਤਾਂ ਘਰ ਜਾਂਦੇ ਵਿੱਚ, ਅਤੇ ਇੱਧਰੋਂ ਦਿਖਾਉਣਾ ਤੁਹਾਨੂੰ ਮੈਂ। ਦੇਖੋ ਜੀ, ਅਤੇ ਬਹਿੰਦੇ ਇੱਥੇ ਹੁਣ, ਦਿਖਾਉਣੇ ਆ ਅੱਗੇ ਕੀ ਕਰਦੇ ਹਾਂ ਕੀ ਨਹੀਂ ਕਰਦੇ। ਉੱਪਰੋਂ ਬਈ ਆਪਣਾ ਹੈਗਾ, ਦੇਖੋ 2 ਰੂਮ ਉੱਪਰ ਆ, ਇੱਥੋਂ ਨੀਚੇ ਦਾ ਵਿਊ ਦੇਖੋ, ਉਹ ਫਿਰਦੇ ਬੰਦੇ ਆਪਣੇ, ਹਰਵੀਰ ਪੜੀ ਜਾਂਦਾ। ਡਾਇਨਿੰਗ ਟੇਬਲ, ਬੈਡਰੂਮ,
ਕਰੋ ਚੈੱਕ। ਵਾਹ ਬਈ ਵਾਹ, ਕਿਆ ਬਾਤ ਹੈ, ਬਹੁਤ ਸੋਹਣਾ ਵਿਊ। ਦੂਸਰਾ ਬੈਡਰੂਮ, ਇੱਕ ਬਈ ਉੱਪਰ ਬਹੁਤ ਸੋਹਣੀ ਪ੍ਰੋਪਰਟੀ ਹੈ ਬਈ, ਮੈਂਸ਼ਨ ਕਰ ਦਾਂਗੇ ਜੇ ਆਉਣਾ ਹੋਇਆ, ਸਾਰੇ ਆ ਸਕਦੇ ਹਾਂ।